ਸਾਡੇ ਕੋਲੋਂ ਸਹਿਮ ਸਹਿਮ ਜੋ ਲੱਗਦੇ ਸੀ, ਸੁਣਿਆ ਮੈਂ ਹੁਣ ਹੱਥ ਗਲਮੇ ਨੂੰ ਪਾਉਣ ਲੱਗੇ। ਗਾਉਣ ਦਾ ਸ਼ੌਂਕ ਤਾਂ ਮੈਨੂੰ ਸ਼ੁਰੂ ਤੋਂ ਹੀ, ਮਤਲਬ ਫਿਫਥ ਸਿਕਸਥ ਕਲਾਸ ਤੋਂ ਮੈਂ ਗਾਉਂਦਾ ਆ ਰਿਹਾ ਸਕੂਲ ਟਾਈਮ ਤੋਂ। ਅਤੇ ਹੁਣ ਜੀ ਮਤਲਬ ਜਿੱਦਾਂ ਰੀਲ ਵਗੈਰਾ 'ਤੇ ਬਾਈ ਦੇ ਕਮੈਂਟ ਹੁੰਦੇ ਕਿ ਸਿੱਧੂ ਬਾਈ ਵਰਗੀ ਆਵਾਜ਼ ਆ, ਅਤੇ ਵਧੀਆ ਲੱਗਦਾ ਹੁਣ ਇੱਧਰ ਨੂੰ ਲੋਕਾਂ ਨੇ ਕਰਤਾ ਮੈਨੂੰ ਸਿੱਧੂ ਬਾਈ ਦੇ ਨਾਲ, ਹੈ ਨਾ। ਲੋਕਾਂ ਦੇ ਕਮੈਂਟ ਆਉਣੇ ਸ਼ੁਰੂ ਹੋਏ ਗਾਇਕੀ ਸੁਣ ਕੇ ਕਿ ਸਿੱਧੂ ਮੂਸੇਵਾਲੇ ਵਾਂਗ ਗਾਉਂਦਾ, ਮੇਰੇ ਹਿਸਾਬ ਨਾਲ ਫਿਰ ਉਸ ਤੋਂ ਬਾਅਦ ਹੀ ਪੱਗ ਦਾ ਸਟਾਈਲ ਵੀ ਸਿੱਧੂ ਮੂਸੇਵਾਲ ਵਾਂਗ ਬਣ ਗਿਆ। ਨਹੀਂ ਜੀ, ਪੱਗ ਦਾ ਤਾਂ ਸ਼ੁਰੂ ਤੋਂ ਇੱਦਾਂ ਦਾ ਸੀ ਬਾਈ ਵਰਗਾ ਹੀ। ਹੱਥਾਂ ਕੀ ਹਥਿਆਰ ਛੱਡੇ, ਦਬ ਗਿਆ ਜੱਟ ਵਾਇਮ ਪਾਲਦੇ ਆ ਲੋਕਾਂ ਨੇ। ਬਾਈ ਬਹੁਤ ਦੁੱਖ ਲੱਗਾ ਉਦੋਂ ਤਾਂ ਮੈਨੂੰ, ਕਿੰਨਾ ਚਿਰ ਮਤਲਬ ਯਕੀਨ ਹੀ ਨਹੀਂ ਹੋਇਆ ਕਿ ਸਿੱਧੂ ਬਾਈ ਦੀ ਇੱਦਾਂ ਨਾ ਡੈਥ ਹੋ ਗਈ ਹੈ। ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਹੈ ਕਿ ਹੁਣ 1.5 ਸਾਲ ਹੋਏ ਲੱਗਾ ਪਰ ਇਨਸਾਫ ਨਹੀਂ ਮਿਲਿਆ ਸਿੱਧੂ ਬਾਈ ਨੂੰ। ਸਾਡੇ ਲਈ ਤਾਂ ਬਦਲੇ ਹੁੰਦੇ ਵਾਂਗ ਤਿਹਾਰਾ ਦੇ, ਜਿੰਨਾ ਚਿਰ ਨਹੀਂ ਹੁੰਦੇ ਪੂਰੇ ਘਰ ਕੋਈ ਵਰਦਾ ਨਹੀਂ, ਹੋ ਕੇ ਤਗੜੇ ਰਹੋ ਅਲਾਨਿਆ ਮੇਰਾ ਵੈਰੀਆਂ ਨੂੰ, ਤੁਹਾਨੂੰ ਜਿਉਣ ਨਹੀਂ ਦਿੰਦਾ ਜਿੰਨਾ ਚਿਰ ਮੈਂ ਮਰਦਾ ਨਹੀਂ। ਦੱਸ ਪੁੱਤ ਤੇਰਾ ਹੈੱਡ ਡਾਊਨ ਕਾਸ ਤੋਂ, ਚੰਗਾ ਪਲਾ ਹੱਸਦਾ ਸੀ ਵਾਹੁਣ ਕਾਸ ਤੋਂ, ਆ ਜਿਹੜੇ ਦਰਵਾਜ਼ੇ ਵਿੱਚ ਬੋਰਡ ਚੱਕੀ ਖੜੇ ਹਾਂ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕੌਣ ਕਾਸ ਤੋਂ, ਕੁਛ ਇੱਥੇ ਚਾਂਦੀ ਚਮਕਾਉਣਾ ਚਾਹੁੰਦੇ ਨੇ, ਕੁਝ ਤੈਨੂੰ ਫਲ ਥੱਲੇ ਲਾਉਣਾ ਚਾਹੁੰਦੇ ਨੇ, ਕੁਝ ਇੱਕ ਨੇ ਆਏ ਇੱਥੇ ਭੁੱਖੇ ਫੇਮ ਦੇ ਨਾਮ ਲੈ ਕੇ ਤੇਰਾ ਅੱਗੇ ਆਉਣਾ ਚਾਹੁੰਦੇ ਨੇ। ਮੁਸੀਬਤ ਤਾਂ ਮਰਦਾਂ 'ਤੇ ਪੈਂਦੀ ਰਹਿੰਦੀ ਹੈ, ਦਬੀ ਨਾ ਤੂੰ ਦੁਨੀਆਂ ਸਵਾਦ ਲੈਂਦੀ ਹੈ, ਨਾਲੇ ਜਿਹੜੇ ਰਸਤੇ 'ਤੇ ਤੂੰ ਤੁਰਿਆ ਇੱਥੇ ਬਦਨਾਮੀ ਹਾਈ ਰੇਟ ਮਿਲੂਗੀ, ਨਿੱਤ ਕੰਟਰੋਵਰਸੀ ਕਰੇਟ ਮਿਲੂਗੀ, ਧਰਮਾਂ ਦੇ ਨਾਮ 'ਤੇ ਡਿਬੇਟ ਮਿਲੂਗੀ, ਸੱਚ ਬੋਲੇਗਾ ਤਾਂ ਮਿਲੂ 295, ਜੇ ਕਰੇਗਾ ਤਰੱਕੀ ਪੁੱਤ ਹੇਠ ਮਿਲੂਗੀ। ਸਿੱਧੂ ਮੂਸੇਵਾਲਾ ਇੱਕ ਐਸਾ ਨਾਮ ਹੈ ਜੋ ਕਿਸੇ ਵੀ ਪਹਿਚਾਣ ਦਾ ਮੁਹਤਾਜ ਨਹੀਂ ਹੈ। ਸਿੱਧੂ ਮੂਸੇਵਾਲੇ ਦਾ ਜਿੱਥੇ ਦੁਨੀਆ ਦੇ ਵਿੱਚ ਕਰੋੜਾਂ ਹੀ ਫੈਨ ਹਨ, ਉਹਨਾਂ ਦੇ ਗਾਣੇ ਸੁਣਦੇ ਹਨ, ਉੱਥੇ ਹੀ ਕਿਤੇ ਨਾ ਕਿਤੇ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਲੈ ਕੇ ਉਹਨਾਂ ਕਰੋੜਾਂ ਫੈਨਾਂ ਦੇ ਦਿਲ ਵੀ ਜ਼ਰੂਰ ਟੁੱਟੇ। ਸਿੱਧੂ ਮੂਸੇਵਾਲਾ ਅੱਜ ਵੀ ਲੋਕਾਂ ਦੇ ਮਨਾਂ 'ਚ ਵੱਸ ਰਿਹਾ ਹੈ, ਗਾਣੇ ਉਸਦੀ ਮੌਤ ਤੋਂ ਬਾਅਦ ਵੀ ਰਿਲੀਜ਼ ਹੋ ਰਹੇ ਹਨ ਅਤੇ ਲੋਕ ਉਹਨਾਂ ਨੂੰ ਸੁਣ ਵੀ ਰਹੇ ਹਨ ਅਤੇ ਉਹਨਾਂ ਨੂੰ ਚਾਹ ਵੀ ਰਹੇ ਹਨ। ਪਰ ਜੇ ਗੱਲ ਕੀਤੀ ਜਾਵੇ ਜਿਸ ਪਿੰਡ 'ਚ ਅਸੀਂ ਅੱਜ ਪਹੁੰਚੇ ਹਾਂ, ਇਹ ਬਟਾਲਾ ਨਜ਼ਦੀਕੀ ਪਿੰਡ ਕਿਲ੍ਹਾ ਦਰਸ਼ਨ ਸਿੰਘ ਹੈ, ਜਿੱਥੇ ਦਾ ਰਹਿਣ ਵਾਲਾ ਇੱਕ ਨੌਜਵਾਨ ਉਜਵਲ ਸਿੰਘ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੈ। ਝਲਕ ਪੈਂਦੀ ਹੈ ਉਸਦੇ ਗਾਉਣ ਦੇ ਤਰੀਕੇ 'ਚੋਂ, ਉਸਦੇ ਗਾਉਣ ਦੇ ਸਲੀਕੇ 'ਚੋਂ ਸਿੱਧੂ ਮੂਸੇਵਾਲੇ ਦੀ। ਸੋਸ਼ਲ ਮੀਡੀਆ ਦੇ ਉੱਤੇ ਜਦ ਗਾਉਂਦਾ ਹੈ ਤਾਂ ਲੋਕ ਕਾਫੀ ਪਸੰਦ ਕਰਦੇ ਹਨ, ਕਿਉਂਕਿ ਸਿੱਧੂ ਮੂਸੇਵਾਲਾ ਤਾਂ ਕੋਈ ਵੀ ਨਹੀਂ ਬਣ ਸਕਦਾ, ਪਰ ਉਸਦੀ ਜੋ ਝਲਕ ਹੈ ਇਸ ਨੌਜਵਾਨ ਦੇ ਗਾਉਣ ਦੇ ਸਲੀਕੇ ਵਿੱਚ ਜ਼ਰੂਰ ਨਜ਼ਰ ਆਉਂਦੀ ਹੈ, ਜਿਸ ਨੂੰ ਲੋਕ ਪਸੰਦ ਕਰ ਰਹੇ ਨੇ। ਸਾਡੇ ਨਾਲ ਮੌਜੂਦ ਹੈ ਉਜਵਲ, ਗੱਲਬਾਤ ਕਰ ਲੈਂਦੇ ਹਾਂ, ਅਜੇ ਛੋਟੀ ਉਮਰ ਹੈ, ਸ਼ੁਰੂਆਤ ਇੱਥੋਂ ਹੀ ਕਰਦੇ ਹਾਂ। ਉਜਵਲ, ਗਾਉਣ ਦਾ ਸ਼ੌਂਕ ਕਿਹੜੀ ਉਮਰ 'ਚ ਪਿਆ, ਕਿਉਂਕਿ ਉਮਰ ਤਾਂ ਹਾਲੇ ਕੁਝ ਜ਼ਿਆਦਾ ਵੱਡੀ ਨਹੀਂ ਤੁਹਾਡੀ? ਉੱਦਾਂ 21 ਸਾਲ ਉਮਰ ਜੀ ਮੇਰੀ, ਅਤੇ ਗਾਉਣ ਦਾ ਸ਼ੌਂਕ ਤਾਂ ਮੈਨੂੰ ਸ਼ੁਰੂ ਤੋਂ ਹੀ, ਮਤਲਬ ਫਿਫਥ ਸਿਕਸਥ ਕਲਾਸ ਤੋਂ ਮੈਂ ਗਾਉਂਦਾ ਆ ਰਿਹਾ ਸਕੂਲ ਟਾਈਮ ਤੋਂ। ਅਤੇ ਹੁਣ ਜੀ ਮਤਲਬ ਜਿੱਦਾਂ ਰੀਲ ਵਗੈਰਾ 'ਤੇ ਬਾਈ ਦੇ ਕਮੈਂਟ ਹੁੰਦੇ ਕਿ ਸਿੱਧੂ ਬਾਈ ਵਰਗੀ ਆਵਾਜ਼ ਆ, ਅਤੇ ਵਧੀਆ ਲੱਗਦਾ ਹੁਣ ਇੱਧਰ ਨੂੰ ਲੋਕਾਂ ਨੇ ਕਰਤਾ ਮੈਨੂੰ ਸਿੱਧੂ ਬਾਈ ਦੇ ਨਾਲ, ਹੈ ਨਾ। ਅਤੇ ਹੁਣ ਵਧੀਆ ਲੱਗਦਾ, ਹੁਣ ਮੈਨੂੰ ਆਪਣੇ ਆਪ ਨੂੰ ਵੀ ਲੱਗਦਾ ਕਿ ਸਿੱਧੂ ਬਾਈ ਦੀ ਝਲਕ ਹੈਗੀ ਆਵਾਜ਼ ਦੇ ਵਿੱਚ। ਪਹਿਲੀ ਵਾਰ ਕਿੰਨੀ ਉਮਰ 'ਚ ਗਾਇਆ ਸੀ, ਜਾਂ ਫਿਰ ਕਿੱਦਾਂ ਤੁਹਾਨੂੰ ਪਤਾ ਲੱਗਾ ਕਿ ਹਾਂ ਮੇਰੇ ਅੰਦਰ ਗਾਉਣ ਦਾ ਹੈਗਾ ਵਾ ਤਾਂ ਸ਼ੌਂਕ, ਅਤੇ ਮੈਂ ਇਸ ਲਾਈਨ ਨੂੰ ਅੱਗੇ ਫਾਲੋ ਕਰਾਂ? ਹਾਂਜੀ, ਉਹ ਪਹਿਲੀ ਵਾਰੀ ਤਾਂ ਮੈਂ 12-13 ਸਾਲ ਦੀ ਉਮਰ ਦੇ ਵਿੱਚ ਹੀ ਗਾਉਣਾ ਸਟਾਰਟ ਕਰਤਾ ਸੀ। ਹਾਂਜੀ, ਅਤੇ ਬਾਅਦ ਵਿੱਚ ਸਕੂਲ ਟਾਈਮ 'ਚ ਵੀ ਮੈਂ ਮਤਲਬ ਜਦੋਂ ਕੋਈ ਫੰਕਸ਼ਨ ਹੋਣਾ ਮੈਂ ਸਟੇਜ 'ਤੇ ਜ਼ਰੂਰ ਪਰਫੋਰਮ ਕਰਦਾ ਸੀ, ਅਤੇ ਉਦੋਂ ਤੋਂ ਹੀ ਹੌਲੀ 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 ਇੰਪਰੂਵਮੈਂਟ ਹੁੰਦੀ ਗਈ। ਹਾਂਜੀ,
ਜਦੋਂ ਲੋਕਾਂ ਦੇ ਕਮੈਂਟ ਆਉਣੇ ਸ਼ੁਰੂ ਹੋਏ ਗਾਇਕੀ ਸੁਣ ਕੇ ਕਿ ਸਿੱਧੂ ਮੂਸੇਵਾਲੇ ਵਾਂਗ ਗਾਉਂਦਾ, ਮੇਰੇ ਹਿਸਾਬ ਨਾਲ ਫਿਰ ਉਸ ਤੋਂ ਬਾਅਦ ਹੀ ਪੱਗ ਦਾ ਸਟਾਈਲ ਵੀ ਸਿੱਧੂ ਮੂਸੇਵਾਲ ਵਾਂਗ ਬਣ ਗਿਆ। ਨਹੀਂ ਜੀ, ਪੱਗ ਦਾ ਤਾਂ ਸ਼ੁਰੂ ਤੋਂ ਇੱਦਾਂ ਦਾ ਸੀ ਬਾਈ ਵਰਗਾ ਹੀ, ਅਤੇ ਹੁਣ ਲੋਕਾਂ ਨੇ ਮਤਲਬ ਆਵਾਜ਼ ਦੇ ਵਿੱਚ ਝਲਕ ਦੇਖਦੇ ਨੇ ਅਤੇ ਬਾਈ ਸਿੱਧੂ ਬਾਈ ਦੇ ਨਾਲ ਕੰਪੇਅਰ ਕਰਦੇ ਨੇ, ਅਤੇ ਹੁਣ ਮੈਂ ਤਾਂ ਇਹ ਕੋਸ਼ਿਸ਼ ਕਰਦਾ ਕਿ ਸਿੱਧੂ ਬਾਈ ਦੇ ਵਰਗਾ ਤਾਂ ਨਹੀਂ ਕੋਈ ਬਣ ਸਕਦਾ, ਪਰ ਉਹਨਾਂ ਦੇ ਦਿੱਤੇ ਰਾਹ ਦੇ ਉੱਤੇ ਚੱਲਾਂਗਾ, ਹੁਣ ਸੱਚ ਦੇ ਰਾਹ ਦੇ ਚੱਲਾਂਗਾ ਅਤੇ ਉਹਨਾਂ ਦੇ ਤਰੀਕੇ ਦੇ ਗਾਣੇ ਕੱਢਾਂਗੇ ਜਿੱਦਾਂ ਉਹ ਸੱਚ ਬੋਲਦੇ ਸੀ ਗਾਣੇ ਦੇ ਵਿੱਚ। ਸਿੱਧੂ ਮੂਸੇਵਾਲੇ ਦਾ ਕੋਈ ਗਾਣਾ ਵੀ ਹੋ ਜਾਵੇ ਉਹਨਾਂ ਦੇ ਸਟਾਈਲ ਦੇ ਵਿੱਚ, ਜਿਹੜੇ ਲੋਕ ਜਿਹਨਾਂ ਜਿਸ ਗਾਣੇ ਨੂੰ ਸਭ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਤੁਹਾਡੇ ਵੱਲੋਂ ਜਦੋਂ ਗਾਇਆ। ਸਾਡੇ ਕੋਲੋਂ ਸਾਇਮ ਸਾਇਮ ਜੋ ਲੱਗਦੇ ਸੀ, ਸੁਣਿਆ ਮੈਂ ਹੁਣ ਹੱਥ ਗਲਮੇ ਨੂੰ ਪਾਉਣ ਲੱਗੇ, ਬਾਜਾਂ ਬਾਜੋਂ ਦੇਖ ਆਏ ਅਸਮਾਨ ਸੁਨਾ, ਝੁਣ ਤਤਰਾਂ ਦੇ ਉੱਚੀਆਂ ਉਡਾਰੀਆਂ ਲਾਉਣ ਲੱਗੇ, ਸੱਪਾਂ ਵਾਂਗੂ ਬੈਰੀ ਔਂਸਰ ਚੱਕਣ ਲੱਗੇ, ਭੋਰੇ ਸੀ ਜੋ ਜੁੱਤੀ ਵਾਲੀਆਂ ਲੋਕਾਂ ਨੇ, ਕੁਝ ਕੁ ਵਕਤ ਲਈ ਹੱਥਾਂ ਕੀ ਹਥਿਆਰ ਛੱਡੇ, ਦਬ ਗਿਆ ਜੱਟ ਵਾਇਮ ਪਾਲ ਲਿਆ ਲੋਕਾਂ ਨੇ, ਕੁਝ ਕੁ ਵਕਤ ਲਈ ਹੱਥਾਂ ਕੀ ਹਥਿਆਰ ਛੱਡੇ ਆਏ, ਦਬ ਗਿਆ ਜੱਟ ਵਾਇਮ ਪਾਲ ਲਿਆ ਲੋਕਾਂ ਨੇ। ਅਜੇ ਤਾਂ ਬਾਕੀ ਤੁਹਾਡੀ ਬਿਲਕੁਲ ਗਾਉਣ ਦਾ ਸਲੀਕਾ ਵੀ ਅਤੇ ਥੋੜ੍ਹੀ ਬਹੁਤੀ ਆਵਾਜ਼ ਵੀ ਜ਼ਰੂਰ ਰਲਦੀ ਹੈ, ਕਿਉਂਕਿ ਸਲੀਕਾ ਜਦੋਂ ਗਾਉਣ ਦਾ ਹੋ ਜਾਏ ਨਾ ਤਾਂ ਲੋਕਾਂ ਨੂੰ ਝਲਕ ਆਪਣੇ ਆਪ ਹੀ ਨਜ਼ਰ ਆ ਜਾਂਦੀ ਹੈ ਕਿ ਸਿੱਧੂ ਮੂਸੇਵਾਲੇ ਵਾਂਗ ਗਾਉਂਦਾ। ਤਾਂ ਜਦੋਂ ਸਿੱਧੂ ਮੂਸੇਵਾਲੇ ਦੀ ਕਤਲ ਹੁੰਦਾ ਉਦੋਂ ਫਿਰ ਉਜਵਲ ਦੇ ਮਨ 'ਤੇ ਕੀ ਆਇਆ, ਕਿਉਂਕਿ ਲੋਕ ਸਿੱਧੂ ਮੂਸੇਵਾਲੇ ਨਾਲ ਹੀ ਕੰਪੇਅਰ ਕਰਦੇ ਸੀ ਉਜਵਲ? ਹਾਂਜੀ ਬਾਈ, ਬਹੁਤ ਦੁੱਖ ਲੱਗਾ ਉਦੋਂ ਤਾਂ ਮੈਨੂੰ, ਕਿੰਨਾ ਚਿਰ ਮਤਲਬ ਯਕੀਨ ਹੀ ਨਹੀਂ ਹੋਇਆ ਕਿ ਸਿੱਧੂ ਬਾਈ ਦੀ ਇੱਦਾਂ ਹੈ ਨਾ ਡੈਥ ਹੋ ਗਈ ਆ, ਅਤੇ ਉਹ ਤਾਂ ਸਾਰਾ ਮਹੀਨਾ ਰੋਟੀ ਵੀ ਨਹੀਂ ਚਾਹ ਤਰ੍ਹਾਂ ਮਤਲਬ ਖਾਧੀ ਗਈ, ਬਹੁਤ ਮਾੜਾ ਹੋਇਆ ਜੋ ਵੀ ਹੈ ਉਦੋਂ। ਅਤੇ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਹੈ ਕਿ ਹੁਣ 1.5 ਸਾਲ ਹੋਏ ਲੱਗਾ ਪਰ ਇਨਸਾਫ਼ ਨਹੀਂ ਮਿਲਿਆ ਸਿੱਧੂ ਬਾਈ ਨੂੰ। ਹਾਂਜੀ, ਅਸੀਂ ਤਾਂ ਇਹੋ ਮਤਲਬ ਚਾਹੁੰਦੇ ਕਿ ਬਾਈ ਨੂੰ ਇਨਸਾਫ਼ ਜ਼ਰੂਰ ਜ਼ਰੂਰ ਮਿਲੇ। ਅਸੀਂ ਆਮ ਆਦਮੀ ਪਾਰਟੀ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਬਾਈ ਨੂੰ ਜਲਦੀ ਤੋਂ ਜਲਦੀ ਇਨਸਾਫ਼ ਮਿਲੇ, ਅਤੇ ਬਾਈ ਦੇ ਬੇਬੇ ਬਾਪੂ ਹੁਣਾਂ ਨੂੰ ਵੀ ਇਨਸਾਫ਼ ਮਿਲੇ ਜੋ ਇੰਨੇ ਚਿਰਾਂ ਦੇ ਮਤਲਬ ਕਰ ਰਹੇ ਨੇ ਆਪਣਾ ਪ੍ਰਚਾਰ ਕਰ ਰਹੇ ਨੇ ਇਨਸਾਫ਼, ਪਰ ਇਨਸਾਫ਼ ਨਹੀਂ ਮਿਲ ਰਿਹਾ। ਮਿਲਣ ਦੀ ਖੁਆਇਸ਼ ਨਹੀਂ ਸੀ ਹੋਈ ਜਦੋਂ ਸਿੱਧੂ ਮੂਸੇਵਾਲਾ ਖੁਦ ਹੈਗਾ ਸੀ, ਉਦੋਂ ਜਾ ਕੇ ਮਿਲੇ ਨਹੀਂ ਕਦੀ ਜਾ ਕੇ, ਜਾਂ ਫਿਰ ਉਸ ਤੋਂ ਬਾਅਦ ਉਹਨਾਂ ਦੀ ਮੌਤ ਤੋਂ ਬਾਅਦ ਕਿਤੇ ਮਿਲਣ ਗਏ ਹੋ ਉਹਨਾਂ ਦੇ ਮੰਮੀ ਡੈਡੀ? ਨਹੀਂ ਜੀ, ਹਜੇ ਤੱਕ ਤਾਂ ਕੋਈ ਸਬੱਬ ਨਹੀਂ ਬਣਿਆ, ਪਰ ਮੈਂ ਕੋਸ਼ਿਸ਼ ਕਰਾਂਗਾ ਕਿ ਜਲਦੀ ਤੋਂ ਜਲਦੀ ਬੇਬੀ ਬਾਪੂ ਉਹਨਾਂ ਨੂੰ ਮਿਲਾਂ। ਬਾਈ ਨੂੰ ਮਿਲਣ ਦਾ ਚਾਅ ਹੈਗਾ ਸੀ ਪਰ ਉਹ ਮਨ ਦੇ ਵਿੱਚ ਹੀ ਰਹਿ ਗਿਆ। ਹਾਂਜੀ, ਪਰਿਵਾਰ ਦਾ ਕਿੰਨਾ ਕੁ ਸਾਥ ਆ ਅਤੇ ਨਾਲੇ ਪਰਿਵਾਰ ਦੇ ਵਿੱਚ ਹੈ ਕੌਣ ਕੌਣ? ਪਰਿਵਾਰ ਤਾਂ ਸ਼ੁਰੂ ਤੋਂ ਸਪੋਰਟ ਰਹੀ ਜੀ ਪਰਿਵਾਰ ਦੀ, ਅਤੇ ਪਰਿਵਾਰ ਉਹਦਾ ਜੁਆਇੰਟ ਫੈਮਿਲੀ ਹੈ, ਚਾਚੇ ਤਾਏ ਨੇ ਸਾਰੇ, ਅਤੇ ਸਾਰਿਆਂ ਦੀ ਮਤਲਬ ਸਪੋਰਟ ਰਹੀ ਸ਼ੁਰੂ ਤੋਂ, ਅਤੇ ਕਿਸੇ ਨੇ ਨਹੀਂ ਮੈਨੂੰ ਕਿਹਾ ਕਿ ਕਿਹੜੀ ਲਾਈਨ ਦੇ ਵਿੱਚ ਪਿਆ ਸਿੰਗਿੰਗ ਦੀ, ਸਾਰੇ ਜਣੇ ਸ਼ੁਰੂ ਤੋਂ ਸਪੋਰਟ ਕਰਦੇ ਰਹੇ ਮੇਰੀ। ਹਾਂਜੀ, ਰਿਆਜ਼ ਕਿੰਨਾ ਕੁ ਕਰਦੇ ਹੋ ਫਿਰ, ਜਾਂ ਫਿਰ ਕਿਹਦੇ ਕੋਲ ਸਿੱਖਦੇ ਪਏ ਹੋ ਅੱਗੇ ਗਾਇਕੀ? ਜੀ ਰਿਆਜ਼ ਮਤਲਬ ਕਲਾਸ ਲਾਉਣ ਜਾਈਦਾ, ਇੱਥੇ ਗਿਆਨ ਲੈ ਰਿਹਾ ਸ਼ਸ਼ੀਕਾਂਤ ਸਰ ਨੇ ਇੱਥੇ ਬਟਾਲੇ ਗੁਰਦਾਸਪੁਰ ਦੇ ਵਿੱਚ, ਉਹਨਾਂ ਕੋਲ ਕਲਾਸਾਂ ਮੈਂ ਲਗਾ ਰਿਹਾ ਹੁਣ। ਹਾਂਜੀ, ਰਿਆਜ਼ ਕਿੰਨਾ ਰਹਿੰਦਾ ਫਿਰ? ਰਿਆਜ਼ ਰੋਜ਼ ਦਾ ਮਤਲਬ ਤਕਰੀਬਨ 1.5 ਘੰਟਾ ਲਾਉਣਾ ਪੈਂਦਾ ਰੋਜ਼। ਹਾਂਜੀ, ਵੈਸੇ ਵੀ ਉੱਦਾਂ ਵੀ ਲੰਘ ਦੇ ਹੁੰਦੇ, ਗਲਾ ਗੁੰਦਾ ਰਹਿੰਦਾ ਮੈਂ ਕੁਛ ਨਾ ਕੁਛ, ਅਤੇ ਉਹ ਰਿਆਜ਼ ਇੱਦਾਂ ਹੋਈ ਜਾਂਦਾ। ਹਾਂਜੀ, ਘਰ ਦੇ ਵਿੱਚ ਨਹੀਂ ਕਿਸੇ ਨੇ ਕਦੀ ਰੋਕਿਆ ਟੋਕਿਆ? ਕਿਸੇ ਨੇ ਕੋਈ ਘਰ 'ਚ ਐਸਾ ਮੈਂਬਰ ਹੁੰਦਾ ਹੀ ਆ ਵੀ ਯਾਰ ਕਿਹੜੇ ਰਸਤੇ ਪਿਆ, ਜ਼ਮੀਨ ਜਾਇਦਾਦ ਹੈਗੀ ਉਹਨੂੰ ਸੰਭਾਲ, ਖੇਤੀਬਾੜੀ ਕਰ, ਕਿਹੜੇ ਪਾਸੇ ਪੈ ਗਏ? ਨਹੀਂ, ਘਰਦਿਆਂ ਨੇ ਮਤਲਬ ਸ਼ੁਰੂ ਤੋਂ ਇਹੋ ਕਿਹਾ ਕਿ ਮੇਰਾ ਵੀ ਇਹੋ ਸ਼ੁਰੂ ਤੋਂ ਸੁਪਨਾ ਸੀ ਏਮ ਸੀ ਕਿ ਮੈਂ ਸਿੰਗਰ ਹੀ ਬਣਾ, ਅਤੇ ਘਰ ਦੇ ਵੀ ਕਹਿੰਦੇ ਵੀ ਹੁਣ ਸਿੰਗਰ ਹੀ ਬਣਾ। ਹਾਂਜੀ,
ਆਪਣੇ ਵੀ ਕੋਈ ਗਾਣੇ ਲਿਖੇ ਆ ਜਾਂ ਗਾਉਂਦੇ ਆ ਆਪਣੇ ਲਿਖੇ ਹੋਏ? ਹਾਂਜੀ, ਲਿਖਣ ਦੀ ਕੋਸ਼ਿਸ਼ ਕਰਦਾ ਪਰ ਹਜੇ ਮਤਲਬ ਉਹੋ ਜਿਹੇ ਗਾਣੇ ਨਹੀਂ ਲਿਖੇ ਜਾਂਦੇ, ਅਤੇ ਮੈਂ ਕੋਸ਼ਿਸ਼ ਕਰਾਂਗਾ ਕਿ ਹੋਰ ਇੰਪਰੂਵਮੈਂਟ ਹੋਏ, ਫਿਰ ਮੈਂ ਲਿਰਿਕਸ ਲੋਕਾਂ ਦੇ ਸਾਹਮਣੇ ਲਿਆਵਾਂ ਆਪਣੇ ਗਾਣਿਆਂ ਦੇ। ਹਾਂਜੀ ਹਾਂਜੀ। ਐਲਬਮ ਕੱਢਣ ਦਾ ਵੀ ਹੈ ਸ਼ੌਂਕ ਕਿ ਅੱਗੇ ਚੱਲ ਕੇ ਐਲਬਮ ਵੀ ਕੱਢਣੀ ਹੈ, ਜਾਂ ਫਿਰ ਕੋਈ ਸੋਚਿਆ ਕਿਸ ਤਰੀਕੇ ਨਾਲ ਐਲਬਮ ਕੱਢਣੀ ਹੈ, ਜਾਂ ਰਾਈਟਰਾਂ ਨਾਲ ਕਿਸੇ ਨਾਲ ਗੱਲਬਾਤ ਹੋਈ ਹੈ ਵੀ ਮੈਨੂੰ ਗਾਣੇ ਦਿਓ ਮੈਂ ਬੋਲਾਂ ਤੁਹਾਡੇ ਗਾਣੇ? ਹਾਂਜੀ, ਰਾਈਟਰਾਂ ਦੇ ਮਤਲਬ ਗਾਣੇ ਮਤਲਬ ਆਉਂਦੇ ਨੇ ਮੇਰੇ ਕੋਲ, ਅਤੇ ਹੁਣ ਮੈਂ ਇੱਕ ਹਿਸਾਬ ਦਾ ਹੁਣ ਕਰਾਂਗਾ ਆਪਣਾ ਸਾਰਾ ਪ੍ਰੋਜੈਕਟ ਬਣਾਵਾਂਗਾ ਅਤੇ ਫਿਰ ਲੋਕਾਂ ਦੇ ਸਾਹਮਣੇ ਲਿਆਵਾਂਗਾ। ਹਾਂਜੀ, ਸਿੱਧੂ ਮੂਸੇਵਾਲੇ ਦੇ ਨਕਸ਼ੇ ਕਦਮ 'ਤੇ ਚੱਲਣਾ ਜਿੱਦਾਂ ਉਹਨੇ ਆਪਣਾ ਪ੍ਰੋਜੈਕਟ ਸ਼ੁਰੂ ਕੀਤਾ ਉਸੇ ਤਰੀਕੇ ਨਾਲ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਹੁਣ ਬਾਈ ਸਿੱਧੂ ਤੋਂ ਬਾਈ ਦੇ ਮਤਲਬ ਨਾਲ ਜੋੜਤਾ ਹੁਣ, ਅਤੇ ਸਿੱਧੂ ਬਾਈ ਦੇ ਰਾਹ 'ਤੇ ਹੁਣ ਚੱਲਣਾ ਪੈਣਾ। ਹਾਂਜੀ, ਔਖੇ ਬੜੇ ਰਾਹ ਸਿੱਧੂ ਮੂਸੇਵਾਲੇ ਲਈ ਵੀ ਸੌਖੇ ਨਹੀਂ ਰਹੇ। ਹਾਂਜੀ ਹਾਂਜੀ, ਬਾਕੀ ਹੁਣ ਬਾਬੇ ਦੀ ਕਿਰਪਾ ਦੇ ਨਾਲ ਬਾਬੇ ਨੇ ਇੱਥੋਂ ਤੱਕ ਲੈਣ ਦਾ ਹੁਣ ਅਗਾਂਹ ਵੀ ਪਰਮਾਤਮਾ ਆਪੇ ਖੜੂ। ਉਮੀਦ ਕਰਦੇ ਹਾਂ ਉਜਵਲ ਜੋ ਗਾਣਾ ਗਾਏਗਾ ਸਿੱਧੂ ਮੂਸੇਵਾਲੇ ਵਾਂਗ ਮੌਜੂਦਾ ਹਾਲਾਤਾਂ ਨੂੰ ਸੱਚਾਈ ਦੇ ਤੌਰ 'ਤੇ ਪੇਸ਼ ਕਰੇਗਾ ਆਪਣੇ ਗਾਣੇ। ਹਾਂਜੀ ਜ਼ਰੂਰ ਜ਼ਰੂਰ, ਜੋ ਵੀ ਚੱਲਣ ਦਿਆ ਵਾ ਸਾਰਾ ਜਨਰੇਸ਼ਨ ਦੇ ਅੱਜ ਦੇ ਉਹ ਸਾਰਾ ਕੁਝ ਮਤਲਬ ਸੱਚ ਬਿਆਨ ਕਰਾਂਗੇ ਆਪਣੇ ਗਾਣਿਆਂ ਦੇ ਵਿੱਚ। ਕੋਈ ਗਾਣਾ ਸਿੱਧੂ ਮੂਸੇਵਾਲੇ ਦਾ ਜਿਹੜਾ ਤੁਹਾਨੂੰ ਪਸੰਦ ਹੋਵੇ, ਜਿਹੜਾ ਗਾਣਾ ਚਾਹੋ ਫਿਰ ਦਰਸ਼ਕਾਂ ਦਾ? ਨਵਾਂ ਸੁਣਾ ਦਿੰਦਾ ਬਾਈ ਦਾ ਵਾਚ ਆਊਟ। ਆਹ ਸੈਕਸ਼ਨ 12 ਸਾਡੇ ਨਾਲ ਹੰਡੀਆਂ ਵਰਤੀਆਂ ਨੇ, ਸਾਡੇ ਮੋਢੇ ਚੱਕੀਆਂ ਰਫਲਾਂ ਜਾਂ ਬਸ ਅਰਥੀਆਂ ਨੇ, ਸਾਡੇ ਲਈ ਤਾਂ ਬਦਲੇ ਹੁੰਦੇ ਵਾਂਗ ਤਿਹਾਰਾ ਦੇ, ਜਿੰਨਾ ਚਿਰ ਨਹੀਂ ਹੁੰਦੇ ਪੂਰੇ ਘਰ ਕੋਈ ਵੜਦਾ ਨਹੀਂ, ਹੋ ਕੇ ਤਗੜੇ ਰਹੋ ਅਲਾਨਿਆ ਮੇਰਾ ਵੈਰੀਆਂ ਨੂੰ, ਤੁਹਾਨੂੰ ਜਿਉਣ ਨਹੀਂ ਦਿੰਦਾ ਜਿੰਨਾ ਚਿਰ ਮੈਂ ਮਰਦਾ ਨਹੀਂ, ਜੇ ਤੁਹਾਡੇ ਹੱਥੇ ਆ ਗਿਆ ਤਾਂ ਮੈਨੂੰ ਬਖਸ਼ਿਓ ਨਾ, ਜੇ ਮੇਰੇ ਹੱਥੇ ਆ ਗਏ ਤਾਂ ਮੈਂ ਛੱਡਦਾ ਨਹੀਂ। ਅੱਗੇ ਫਿਰ ਕੀ ਸੋਚ ਰੱਖਿਆ, ਅੱਗੇ ਦਾ ਪਲਾਨ ਕੀ ਹੈਗਾ? ਕਿਉਂਕਿ ਜ਼ਿੰਦਗੀ ਤਾਂ ਹਾਲੇ ਬਹੁਤ ਅੱਗੇ ਲੰਬੀ ਆ, ਫਿਊਚਰ ਦੇ ਵਿੱਚ ਵੀ ਪਲਾਨ ਹੁੰਦਾ ਹਰ ਕੋਈ ਸੋਚ ਕੇ ਰੱਖਦਾ ਕਿ ਮੈਂ ਫਿਊਚਰ ਵਿੱਚ ਕਿਸ ਤਰ੍ਹਾਂ ਕਾਮਯਾਬ ਹੋਵਾਂ, ਹੈ ਨਾ? ਅਤੇ ਉਜਵਲ ਨੇ ਕੀ ਫਿਊਚਰ 'ਚ ਅੱਗੇ ਪਲਾਨ ਕੀਤਾ ਹੋਇਆ, ਕਿਸ ਤਰੀਕੇ ਨਾਲ ਗਾਇਕੀ ਦੇ ਮੈਦਾਨ 'ਚ ਉਤਰਨਾ ਵਾ ਜਾਂ ਕਿਸ ਤਰੀਕੇ ਨਾਲ ਆਪਣੀ ਗਾਇਕੀ ਨੂੰ ਸਵਾਰਨਾ? ਹਾਂਜੀ, ਮੇਰਾ ਤਾਂ ਸ਼ੁਰੂ ਤੋਂ ਇਹੋ ਏਮ ਜੀ ਕਿ ਸਿੰਗਿੰਗ ਦੇ, ਅਤੇ ਹੁਣ ਮੈਂ ਆਪਣੀ ਸਿੰਗਿੰਗ ਨੂੰ ਅੱਗੇ ਲਿਆਉਣਾ, ਮੇਰਾ ਇਹੋ ਮਤਲਬ ਸ਼ੁਰੂ ਤੋਂ ਰਿਹਾ, ਫਿਊਚਰ ਦੇ ਵਿੱਚ ਵੀ ਮੈਂ ਆਪਣੀ ਸਿੰਗਿੰਗ ਨੂੰ ਅੱਗੇ ਲੈ ਕੇ ਆਵਾਂ, ਅਤੇ ਹੁਣ ਕਰਾਂਗਾ, ਹੁਣ ਮੈਂ ਸ਼ੁਰੂਆਤ ਕਰਾਂਗਾ, ਗਾਣੇ ਗੁਣੇ ਕੱਢਾਂਗੇ ਸਿੱਧੂ ਬਾਈ ਵਾਂਗ, ਅਤੇ ਆਪੇ ਇੱਥੇ ਜਾਂ ਬਾਹਰਲੇ ਦੇਸ਼ 'ਚ ਆ ਗਏ। ਹਾਂਜੀ, ਨੌਜਵਾਨ ਪੀੜ੍ਹੀ ਨੂੰ, ਆਪਣੀ ਵਰਗੀ ਨੌਜਵਾਨ ਪੀੜ੍ਹੀ ਨੂੰ ਕੀ ਕਹਿਣਾ ਚਾਹੋਗੇ? ਕਿਉਂਕਿ ਨੌਜਵਾਨ ਕਈ ਵਾਰ ਭਟਕ ਜਾਂਦੇ ਆ, ਹੈ ਨਾ, ਆਪਣੀ ਦਿਸ਼ਾ ਤੋਂ ਭਟਕ ਜਾਂਦੇ ਆ, ਜਿਹੜਾ ਰਾਹ ਚੁਣਨਾ ਚਾਹੀਦਾ ਉਸ ਰਾਹ ਨੂੰ ਚੁਣ ਪਾਉਂਦੇ ਅਤੇ ਗਲਤ ਰਸਤੇ ਚਲੇ ਜਾਂਦੇ ਆ, ਤੁਸੀਂ ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਆਪਣੀ ਉਮਰ ਦੇ ਨੌਜਵਾਨ? ਹਾਂਜੀ, ਆਪਣੀ ਉਮਰ ਦੇ ਨੌਜਵਾਨਾਂ ਤੋਂ ਮੈਂ ਇਹੀ ਕਹਿਣਾ ਚਾਹੂੰਗਾ ਕਿ ਆਪਣੀ ਜ਼ਿੰਦਗੀ ਦੇ ਵਿੱਚ ਸਕਸੈਸਫੁਲ ਹੋ, ਜਿਹੜੀ ਚੀਜ਼ ਦੇ ਪਿੱਛੇ ਪਏ ਹੋ ਉਹਦੇ ਪਿੱਛੇ ਉਦੋਂ ਤੱਕ ਪਏ ਰਹੋ ਜਦੋਂ ਤੱਕ ਉਹ ਤੁਹਾਨੂੰ ਹਾਸਿਲ ਨਹੀਂ ਹੁੰਦੀ, ਅਤੇ ਨਸ਼ੇ ਛੱਡੋ ਅਤੇ ਆਪਣਾ ਕੋਈ ਮਤਲਬ ਏਮ ਬਣਾਓ ਜ਼ਿੰਦਗੀ ਦਾ ਅਤੇ ਉਹਦੇ ਵਿੱਚ ਕਾਮਯਾਬ ਹੋ। ਹਾਂਜੀ, ਲਾਸਟ ਵਿੱਚ ਫਿਰ ਇੱਕ ਦੋ ਲਾਈਨਾਂ ਕਿਸੇ ਹੋਰ ਗਾਣਿਆਂ ਦੀਆਂ, ਸਿੱਧੂ ਮੂਸੇਵਾਲੇ ਦਾ ਕੋਈ ਜਿਹੜਾ ਫੇਵਰੇਟ ਗਾਣਾ ਹੋਵੇ ਜਾਂ ਫਿਰ 295। ਦਸ ਪੁੱਤ ਤੇਰਾ ਹੈਡ ਡਾਊਨ ਕਾਸ ਤੋਂ, ਚੰਗਾ ਪਲਾ ਹੱਸਦਾ ਸੀ ਬਹੁਣ ਕਾਸ ਤੋਂ, ਆ ਜਿਹੜੇ ਦਰਵਾਜ਼ੇ ਵਿੱਚ ਬੋਰਡ ਚੱਕੀ ਖੜੇ ਹਾਂ ਮੈਂ ਚੰਗੀ ਤਰ੍ਹਾਂ ਜਾਣਦਾ ਆ ਕੌਣ ਕਾਸ ਤੋਂ, ਕੁਛ ਇੱਥੇ ਚਾਂਦੀ ਚਮਕਾਉਣਾ ਚਾਹੁੰਦੇ ਨੇ, ਕੁਝ ਤੈਨੂੰ ਫਲ ਥੱਲੇ ਲਾਉਣਾ ਚਾਹੁੰਦੇ ਨੇ, ਕੁਝ ਇੱਕ ਨੇ ਆਏ ਇੱਥੇ ਭੁੱਖੇ ਫੇਮ ਦੇ ਨਾਮ ਲੈ ਕੇ ਤੇਰਾ ਅੱਗੇ ਆਉਣਾ ਚਾਹੁੰਦੇ ਨੇ, ਮੁਸੀਬਤ ਤਾਂ ਮਰਦਾਂ 'ਤੇ ਪੈਂਦੀ ਰਹਿੰਦੀ ਹੈ, ਦਬੀ ਨਾ ਤੂੰ ਦੁਨੀਆਂ ਸਵਾਦ ਲੈਂਦੀ ਹੈ, ਨਾਲੇ ਜਿਹੜੇ ਰਸਤੇ 'ਤੇ ਤੂੰ ਤੁਰਿਆ ਇੱਥੇ ਬਦਨਾਮੀ ਹਾਈ ਰੇਟ ਮਿਲੂਗੀ, ਨਿੱਤ ਕੰਟਰੋਵਰਸੀ ਕਰੇਟ ਮਿਲੂਗੀ, ਧਰਮਾਂ ਦੇ ਨਾਮ 'ਤੇ ਡਿਬੇਟ ਮਿਲੂਗੀ, ਸੱਚ ਬੋਲੇਗਾ ਤਾਂ ਮਿਲੂ 295, ਜੇ ਕਰੇਗਾ ਤਰੱਕੀ ਪੁੱਤ ਹੇਠ ਮਿਲੂਗੀ। ਹਾਂਜੀ ਬਿਲਕੁਲ, ਕਰੇਗਾ ਤਰੱਕੀ ਅਤੇ ਪੁੱਤ ਹੇਠ ਮਿਲੂਗੀ, ਉਜਵਲ ਸਿੰਘ ਜੋ ਕਿ ਜਦੋਂ ਗਾਉਂਦਾ ਹੈ ਤਾਂ ਝਲਕ ਪੈਂਦੀ ਹੈ ਮਰਹੂਮ ਸਿੱਧੂ ਮੂਸੇਵਾਲੇ ਗਾ ਕੇ, ਜਦੋਂ ਸੋਸ਼ਲ ਮੀਡੀਆ 'ਤੇ ਅਪਲੋਡ ਕਰਦਾ ਹੈ ਤਾਂ ਹਜ਼ਾਰਾਂ ਹੀ
ਲੱਖਾਂ ਹੀ ਲੋਕ ਚਾਹੁਣ ਵਾਲੇ ਕਮੈਂਟ ਕਰਦੇ ਹਨ ਕਿ ਸਿੱਧਾ ਸਿੱਧਾ ਸਿੱਧੂ ਮੂਸੇਵਾਲੇ ਦਾ ਹੀ ਝਲਕ ਦਿਖਾਈ ਦਿੰਦੀ ਹੈ। ਦੂਸਰੇ ਪਾਸੇ ਉਜਵਲ ਦਾ ਵੀ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਣੀ ਗਾਇਕੀ ਨੂੰ ਵੀ ਇਸੇ ਤਰੀਕੇ ਨਾਲ ਹੀ ਸਵਾਰੇਗਾ ਜਿਸ ਤਰੀਕੇ ਨਾਲ ਸਿੱਧੂ ਮੂਸੇਵਾਲਾ ਸਵਾਰ ਕੇ ਅਤੇ ਆਪਣਾ ਨਾਮ ਕਮਾ ਕੇ ਗਿਆ ਹੈ ਦੁਨੀਆ ਤੋਂ। ਇਸੇ ਤਰੀਕੇ ਹੀ ਉਜਵਲ ਵੀ ਇਹੀ ਚਾਹੁੰਦਾ ਹੈ ਕਿ ਉਹ ਵੀ ਆਪਣਾ ਨਾਮ ਕਮਾਵੇ ਅਤੇ ਸਿੱਧੂ ਮੂਸੇਵਾਲੇ ਦੇ ਨਕਸ਼ੇ ਕਦਮਾਂ 'ਤੇ ਚੱਲਦਾ ਹੋਇਆ ਆਪਣਾ ਪਿੰਡ ਦਾ ਅਤੇ ਆਪਣਾ ਪਰਿਵਾਰ ਦਾ ਨਾਮ ਰੋਸ਼ਨ ਕਰੇ। ਅਸੀਂ ਵੀ ਇਹੀ ਖੁਆਇਸ਼ ਕਰਦੇ ਹਾਂ ਕਿ ਉਜਵਲ ਵੀ ਆਪਣਾ ਨਾਮ ਉਸ ਅਸਮਾਨ 'ਤੇ ਸਿੱਧੂ ਮੂਸੇਵਾਲ ਵਾਂਗ ਹੀ ਚਮਕਾਵੇ ਅਤੇ ਆਪਣਾ ਨਾਮ ਪੂਰੀ ਦੁਨੀਆ ਦੇ ਵਿੱਚ ਸਿੱਧੂ ਮੂਸੇਵਾਲ ਵਾਂਗ ਲੋਕਾਂ ਦੀ ਜ਼ੁਬਾਨ ਤੱਕ ਪਹੁੰਚਾਵੇ। ਕੈਮਰਾ ਪਰਸਨ ਪਰਮਿੰਦਰ ਦੇ ਨਾਲ ਭੋਪਾਲ ਸਿੰਘ, ਪੰਜਾਬ ਨਿਊਜ਼, ਬਟਾਲਾ।